ਮਨਮੋਹਨ ਸ਼ਰਮਾ ਗੁਰੂ ਨਾਨਕ ਮਹੱਲਾ ਮੱਛੋੜੇ 'ਚ ਘਟਨਾ ਦਾ ਤਾਂ ਸਾਨੂੰ ਪਤਾ ਨਹੀਂ ਐਕਚੁਲੀ ਕੀ ਆ। ਸਵੇਰੇ ਅਸੀਂ ਗਏ ਹੋਏ ਸੀਗੇ, ਮੇਰੀ ਵਾਈਫ ਨੇ ਲੱਕੜੀ ਬੰਨਣ, ਅਤੇ ਜਦੋਂ ਸਵੇਰੇ 9 ਵਜੇ ਦੀ ਗੱਲ ਆ, 9:15 ਦੀ ਗੱਲ, ਤਾਂ ਮੇਰੇ ਸਾਡੇ ਪੜੋਸੀ ਆ ਸਿਮਰਨਜੀਤ ਸਿੰਘ, ਉਹ ਸਾਹਮਣੇ ਸਬਜ਼ੀ ਦਾ ਕੰਮ ਕਰਦਾ, ਅਤੇ ਆਂਟੀ ਨੂੰ ਅਸੀਂ ਚਾਬੀ ਦੇ ਕੇ ਗਏ ਹੋਏ ਸੀਗੇ ਵੀ ਕਿਨਾ ਬੂਟਿਆਂ ਨੂੰ ਆਪਣਾ ਪਾ ਦਿਉ, ਆਪਣਾ ਪਾਣੀ ਪੂਣੀ ਪਾ ਦਿਆ ਕਰਿਓ। ਉਹ ਖੋਲ੍ਹਣ ਲੱਗੇ ਤਾਂ ਜਿੰਦਾ ਹੀ ਨਾ ਖੁੱਲ੍ਹੇ, ਮਤਲਬ ਬਾਹਰਲਾ ਜਿੰਦਾ ਲੱਗਿਆ ਹੋਇਆ ਸੀ, ਉਹ ਖੋਲ੍ਹਦੇ, ਉਹਨਾਂ ਨੇ ਅੰਦਰੋਂ ਕੁੰਡਾ ਲਗਾ ਕੇ ਤਾਂ ਉਹ ਅੰਦਰ ਜਿੰਦੇ ਜਿੰਦੇ ਟੁੱਟੇ ਹੋਏ। ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਅੰਦਰ ਤਾਂ ਵੜੋ। ਅੰਦਰ ਵੜ ਕੇ ਇਹਨਾਂ ਨੇ ਦੇਖਿਆ ਉਹ ਸਾਰੇ ਲੋਕ ਲੁਕ ਟੁੱਟੇ ਹੋਏ ਸੀਗੇ, ਸਾਰੀਆਂ ਅਲਮਾਰੀਆਂ ਅਲਮੂਰੀਆਂ ਖੁੱਲ੍ਹੀਆਂ ਸੀਗੀਆਂ, ਅਤੇ ਬਾਕੀ ਤਾਂ ਮੈਨੂੰ ਹੁਣ ਸਾਨੂੰ ਆ ਕੇ ਪਤਾ ਲੱਗਿਆ। ਪਰ ਇਹਨਾਂ ਨੇ ਮੈਂ ਕਿਹਾ ਵੀ ਬੂਵੀ ਜਰਾ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ। ਉੱਥੇ ਦੇਖਿਆ ਮੈਂ ਮੇਰੀ 32 ਬੋਰ ਦੀ ਰਿਵਾਲਵਰ ਵੀ ਪਈ ਸੀਗੀ, ਜਿਹੜੀ ਮੈਂ ਆਊਟ ਆਫ ਸਟੇਟ ਜਾਣ ਕਰਕੇ, ਕਿਉਂਕਿ ਮੇਰਾ ਪੰਜਾਬ ਦਾ ਲਾਇਸੈਂਸ ਆ, ਉਹ ਮੈਂ ਲੈ ਕੇ ਨਹੀਂ ਗਿਆ। 14-15 ਸਾਲ ਹੋ ਗਏ ਮੇਰੇ ਬਣੀ ਹੋਈ ਨੂੰ, ਅਤੇ ਉਹ ਵੀ ਨਾਲ ਲੈ ਗਏ। ਹੁਣ ਘਰ ਆ ਕੇ ਦੇਖਿਆ ਤਾਂ ਇੱਕ ਸੁੱਚੇ ਮੋਤੀਆਂ ਦਾ ਸੈੱਟ ਸੀਗਾ ਪਿਓਰ ਦਾ, ਉਹ ਲੈ ਗਏ। ਇੱਕ ਮੁੰਦਰੀ ਸੀਗੀ ਅਤੇ ਇੱਕ ਵਾਈਫ ਦੇ ਕਿੰਨਾ ਟੋਪਸ ਵਗੈਰਾ ਸੀਗੇ। ਸਮਾਨ ਜੇ ਉਹਨੂੰ ਟੋਪਸ 4 ਗ੍ਰਾਮ ਦੇ ਟੋਪਸ ਸੀਗੇ, ਮੁੰਦਰੀ ਵੀ 3-4 ਗ੍ਰਾਮ ਦੀ ਸੀਗੀ। ਜਿਹੜਾ ਉਹ ਸੈੱਟ ਸੀਗਾ ਉਹ ਮਹਿੰਗਾ ਸੀਗਾ, ਉਹ ਐਕਚੁਲੀ 4-5 ਲੱਖ ਰੁਪਏ ਦਾ, ਉਹਦੇ 'ਚ ਕਿਉਂਕਿ 350 ਤੋਂ 480 ਮੋਤੀ ਸੀਗੇ ਉਹਦੇ 'ਚ ਸੁੱਚੇ ਮੋਤੀ। ਉਹ ਗੱਲ ਵਾਸਤੇ ਪਹਿਲਾਂ ਦਾ ਲਿੱਤਾ ਹੋਇਆ ਸੀਗਾ, ਉਹ ਫਿਰ ਆਉਂਦਾ ਨਹੀਂ ਸੀਗਾ, ਇਸ ਲਈ ਅਸੀਂ ਵਿੱਚੇ ਉਹ ਲੋਕਰ ਦੇ ਵਿੱਚ ਉੱਥੇ ਹੀ ਅਲਮਾਰੀ ਦੇ ਵਿੱਚ ਹੀ ਰੱਖਿਆ ਹੋਇਆ ਸੀਗਾ। ਘਟਨਾ ਬਾਰੇ ਕੋਈ ਤੁਹਾਨੂੰ ਲੱਗਦਾ ਕੋਈ ਸੂ ਮਿਲੀ ਕੋਈ ਇਦਾਂ? ਹਾਂਜੀ, ਘਟਨਾ ਬਾਰੇ ਤੁਹਾਨੂੰ ਲੱਗਦਾ ਵੀ ਕਿਸਨੇ ਕੀਤਾ ਹੋਊਗਾ? ਨਹੀਂ, ਹਾਲੇ ਤੱਕ ਤਾਂ ਨਹੀਂ ਆ, ਕਿਉਂਕਿ ਮੈਂ ਹੁਣੇ ਆਇਆ ਹੀ ਆ। ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਇਤਲਾਹ ਕੀਤੀ? ਹਾਂ, ਸਵੇਰੇ ਮੈਂ ਉਸੇ ਟਾਈਮੇ ਫੋਨ ਕਰਤਾ ਸੀਗਾ ਮੁਨਸ਼ੀ ਨੂੰ, ਪਰ ਉਹ ਆਏ ਨਹੀਂ। ਫਿਰ ਮੇਰਾ ਤਾਂ ਕਹਿਣਾ ਪ੍ਰੋਬਲਮ ਇਹ ਆ ਵੀ ਮੇਰੀ ਰਿਵਾਲਵਰ ਬਾਹਰ ਆ, ਬਾਈ ਚਾਂਸ ਉਹ ਕੁਛ ਕਰ ਲੈਣ ਉਹਦੇ ਨਾਲ, ਵੈਪਨ ਨਾਲ।